ਪੀਆਰਟੀਸੀ ਤੇ ਪਨਬੱਸ ਵੱਲੋਂ ਪਹਿਲਾਂ ਫੈਸਲਾ ਲਿੱਤਾ ਗਿਆ ਸੀਗਾ ਕਿ 52 ਤੋਂ ਪਲੱਸ ਅਸੀਂ ਨਹੀਂ ਬਿਠਾਵਾਂਗੇ, ਲੇਕਿਨ ਹੁਣ ਇਹ ਕਿਤੇ ਨਾ ਕਿਤੇ ਰਾਹਤ ਜ਼ਰੂਰ ਦਿੱਤੀ ਗਈ ਹੈ, ਕਿਉਂਕਿ ਹੁਣ ਜਿਹੜੇ ਲਗਾਤਾਰ ਇਹਨਾਂ ਦੇ ਮੀਟਿੰਗਸ ਹੋ ਰਹੀ ਸੀ, ਮੀਟਿੰਗਸ ਦੇ ਕਈ ਫੈਸਲੇ ਲਿੱਤੇ ਗਏ ਸੀ, ਹਾਲਾਂਕਿ ਲੋਕਾਂ ਦੀ ਵੀ ਖੱਜਲ ਖੁਆਰੀ ਹੋਈ ਸੀ। ਕੋਸ਼ਿਸ਼ ਵੀ ਕਰਾਂਗੇ ਜਿਹੜੇ ਪ੍ਰਧਾਨ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ, ਲੇਕਿਨ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦਾ ਫੈਸਲਾ ਲਿੱਤਾ ਗਿਆ ਸੀਗਾ ਔਰ ਇਹਦੇ ਵਿੱਚ ਕਾਰਨ ਕੀ ਦੱਸਿਆ ਸੀਗਾ। ਇਹ 52 ਸੀਟਾਂ ਹੈ, 52 ਪਲੱਸ 1, ਔਰ ਇਹਦੇ ਵਿੱਚ ਕਿਹਾ ਗਿਆ ਸੀਗਾ ਕਿ ਜਿੰਨੀ ਸੀਟਾਂ ਹੈ ਉਨੇ ਹੀ ਅਸੀਂ ਪੈਸੈਂਜਰ ਬਿਠਾਵਾਂਗੇ, ਇਸ ਤੋਂ ਵੱਧ, ਕਿਉਂਕਿ ਸੇਫਟੀ ਵੀ ਲੋਕਾਂ ਦੀ ਅਤੇ ਓਵਰਲੋਡਿੰਗ ਦੀ ਗੱਲ ਕੀਤੀ ਗਈ ਸੀ ਲਾਸਟ ਟਾਈਮ, ਉਹ ਵੀ ਅਸੀਂ ਨਹੀਂ ਕਰਾਂਗੇ। ਲੇਕਿਨ ਕਈ ਚੀਜ਼ਾਂ, ਕਈ ਵਿਵਾਦ ਸਾਹਮਣੇ ਆਏ ਲੋਕਾਂ ਦੇ ਨਾਲ, ਜਿਹੜੀ ਹੈ ਆਪਸ 'ਚ ਬਹਿਸਬਾਜ਼ੀ ਵੀ ਸਾਹਮਣੇ ਆਈ। ਹਾਲਾਂਕਿ ਇਹ ਫੈਸਲਾ ਹੁਣ ਲਿਆ ਗਿਆ ਯੂਨੀਅਨ ਵੱਲੋਂ ਕਿ ਹੁਣ ਰਾਹਤ ਜ਼ਰੂਰ ਦਿੱਤੀ ਜਾਏਗੀ, ਇਸ ਕਰਕੇ ਪੀਆਰਟੀਸੀ ਅਤੇ ਪਨਬੱਸ ਵੱਲੋਂ ਜਿਹੜੇ ਕੰਟਰੈਕਟ ਯੂਨੀਅਨਸ ਹੈ, ਯੂਨੀਅਨ ਵੱਲੋਂ ਇਹ ਫੈਸਲਾ ਦਿੱਤਾ ਗਿਆ ਕਿ ਹੁਣ ਕੁਛ ਰਾਹਤ ਦਿੱਤੀ ਗਈ ਹੈ। ਅਰਵਿੰਦਰ ਜੀ ਸਾਡੇ ਨਾਲ ਨੇ। ਅਰਵਿੰਦਰ ਜੀ, ਕਿਉਂਕਿ ਲਗਾਤਾਰ ਕਈ ਵੀਡੀਓਜ਼ ਵੀ ਲੋਕਾਂ ਦੇ ਨਾਲ ਬਹਿਸਬਾਜ਼ੀ ਵੀ ਸਾਹਮਣੇ ਆਈ ਸੀਗੀ ਪਿਛਲੇ ਦਿਨਾਂ, ਕਿਉਂਕਿ ਤੁਸੀਂ ਫੈਸਲਾ ਲਿੱਤਾ ਗਿਆ ਸੀਗਾ 52 ਸੀਟਰ ਤੋਂ ਇਲਾਵਾ ਅਸੀਂ ਨਹੀਂ ਬਿਠਾਵਾਂਗੇ, ਹੁਣ ਕੀ ਫੈਸਲਾ ਲਿਆ ਗਿਆ? ਬਿਲਕੁਲ ਜੀ, ਦੇਖੋ ਅਸੀਂ ਲਗਾਤਾਰ ਡਿਬੇਟਾਂ ਦੇ ਵਿੱਚ ਵੀ ਕਹਿੰਦੇ ਆਏ ਹਾਂ ਵੀ ਇਹਦੀ ਜ਼ਿੰਮੇਵਾਰ ਜੋ ਪੰਜਾਬ ਸਰਕਾਰ ਹੈ, ਪੰਜਾਬ ਸਰਕਾਰ ਦੀ ਨਾਕਾਮੀ ਆ। ਅੱਜ ਸਰਕਾਰੀ ਅਦਾਰੇ ਜੋ ਪੰਜਾਬ ਦੇ ਵਿੱਚ ਸਫ਼ਰ ਸਹੂਲਤ ਫਰੀ ਦਿੰਦੇ ਆ ਜਾਂ ਸਫ਼ਰ ਸਹੂਲਤ ਪ੍ਰੋਵਾਈਡ ਕਰਾਉਂਦੇ ਆ, ਅੱਜ ਡੁੱਬਣ ਦੀ ਕਗਾਰ 'ਤੇ ਖੜ੍ਹੇ ਆ ਵੀ ਸਰਕਾਰ ਇਹਨਾਂ ਨੂੰ ਪ੍ਰੋਪਰ ਆਪਣਾ ਜੋ ਫੰਡ ਪੇ ਨਹੀਂ ਕਰਦੀ, ਸਰਕਾਰ ਇਹਨਾਂ ਦੇ ਬਕਾਏ ਨਹੀਂ ਦਿੰਦੀ। ਅੱਜ ਮੈਂਟੀਨੈਂਸ ਦੀ, ਸਪੇਅਰ ਪਾਰਟ ਦੀ ਇੰਨੀ ਘਾਟ ਹੈ ਵੀ ਲਗਾਤਾਰ ਡੀਪੂ ਦੇ ਵਿੱਚ ਡਿਟੇਨ ਬੱਸਾਂ ਦੀ ਗਿਣਤੀ ਵੱਧ ਰਹੀ ਹੈ, ਬੱਸਾਂ ਵਾਸਤੇ ਸਪੇਅਰ ਪਾਰਟ ਹੈ ਨਹੀਂ, ਬੱਸਾਂ ਲਗਾਤਾਰ ਟਾਇਰਾਂ ਕਣੀਓ ਖੜੀਆਂ, ਮਾਰ ਬਹੁਤ ਪੈਰੀ ਅਦਾਰੇ ਨੂੰ। ਅਤੇ ਅਸੀਂ ਪੰਜਾਬ ਦੀ ਜਨਤਾ ਨੂੰ ਜਿਹੜਾ 52 ਸੀਟਾਂ ਵਾਲਾ ਮਸਲਾ ਹੈ, ਇਸੇ ਕਰਕੇ ਪੰਜਾਬ ਦੀ ਜਨਤਾ ਨੂੰ ਕਲੀਅਰ ਕੀਤਾ ਵੀ ਇਹ ਨਾਕਾਮੀ ਸਰਕਾਰ ਦੀ ਹੈ, ਸਰਕਾਰ ਇਹਨਾਂ ਪਬਲਿਕ ਸੈਕਟਰਾਂ, ਪਬਲਿਕ ਅਦਾਰਿਆਂ ਦੇ ਵਿੱਚ ਬੱਸਾਂ ਦੀ ਗਿਣਤੀ ਵਧਾਵੇ, ਘੱਟ ਤੋਂ ਘੱਟ 10,000 ਬੱਸਾਂ ਦੀ ਆਪਣਾ ਪ੍ਰਵਾਨਗੀ ਦੇਵੇ ਪਨ ਵਾਸਤੇ ਪੀਆਰਟੀਸੀ ਦੇ ਅਦਾਰੇ ਦੇ ਵਿੱਚ। ਹੁਣ ਜੋ ਅਸੀਂ ਫੈਸਲੇ ਨੂੰ ਕਨਵਰਟ ਕੀਤਾ 52 ਸੀਟਾਂ ਵਾਲੇ ਨੂੰ, ਅਸੀਂ ਸਵੇਰੇ ਸ਼ਾਮ ਦੇ ਟਾਈਮਾਂ ਨੂੰ ਕੁਝ ਪਰਸੈਂਟ ਤੱਕ ਖੁੱਲ੍ਹ ਦਿੱਤੀ ਆ ਵੀ ਸਵੇਰੇ ਸ਼ਾਮ ਦੇ ਟਾਈਮਾਂ ਦੇ ਵਿੱਚ ਲੋਕ ਖੱਜਲ ਖੁਆਰ ਨਾ ਹੋਣ। ਸਾਡਾ 8 ਤਰੀਕ ਦੀ ਮੀਟਿੰਗ ਤੱਕ ਫੈਸਲਾ ਅਟਲ ਹੈ, 8 ਤਰੀਕ ਨੂੰ ਸਰਕਾਰ ਨੂੰ ਬੇਨਤੀ ਆ ਵੀ ਇਹਦਾ ਪ੍ਰੋਪਰ ਹੱਲ ਕੱਢੇ ਅਤੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰੇ, ਨਹੀਂ ਇਸ ਤੋਂ ਬਾਅਦ ਸਾਨੂੰ ਅਗਲੀ ਰਣਨੀਤੀ ਤਿਆਰ ਕਰਨੀ ਪਵੇਗੀ। ਜੀ, ਦਿਨ ਦੇ ਟਾਈਮ ਦਾ ਕੀ ਹੈ? ਦਿਨ ਦੇ ਟਾਈਮ ਹਜੇ ਕੋਈ ਉਹ ਨਹੀਂ ਹੈਗੀ ਕਿ 52 ਤੋਂ ਪਲੱਸ ਨਹੀਂ ਬਿਠਾਉਣਾ? ਨਹੀਂ ਜੀ, ਨਹੀਂ, ਦਿਨ ਦੇ ਵਿੱਚ ਸਾਡਾ ਉਹੀ 52 ਸੀਟਾਂ ਵਾਲਾ ਜੋ ਫੈਸਲਾ ਅਟਲ ਹੈ ਜੀ। ਕਈ ਚੈਨਲਾਂ ਵੱਲੋਂ ਜਾਂ ਕਈ ਅਖਬਾਰਾਂ ਵੱਲੋਂ ਨਿਊਜ਼ ਫੇਕ ਲਗਾਈਆਂ ਗਈਆਂ, ਅਸੀਂ ਉੱਥੇ ਕਲੀਅਰ ਵੀ ਕੀਤਾ ਸੀਗਾ ਵੀ ਸਾਡਾ ਇਹ ਸਵੇਰੇ ਟਾਈਮ ਕੁਝ ਪਰਸੈਂਟ ਸਵਾਰੀਆਂ ਨੂੰ ਅਸੀਂ ਖੁੱਲ੍ਹ ਦਿੱਤੀ ਆ ਵੀ ਲੋਕਾਂ ਦੀਆਂ ਧੀਆਂ ਭੈਣਾਂ ਰੋਡਾਂ 'ਤੇ ਨਾ ਖੱਜਲ ਖੁਆਰ ਹੋਣ। ਬਿਲਕੁਲ ਕਲੀਅਰ ਕੀਤਾ ਗਿਆ ਯੂਨੀਅਨ ਵੱਲੋਂ ਕਿ ਸਿਰਫ ਮਾਰਨਿੰਗ ਅਤੇ ਈਵਨਿੰਗ, ਸਵੇਰੇ ਅਤੇ ਸ਼ਾਮ ਦੇ ਟਾਈਮ ਸਿਰਫ ਇਹ ਛੂਟ ਦਿੱਤੀ ਗਈ ਹੈ। 52 ਦੇ ਪਲੱਸ ਜਿਹੜਾ ਹੈ ਉਹ ਸਵਾਰੀਆਂ ਚੜਾਉਣ ਦੀ ਗੱਲ ਕੀਤੀ ਗਈ ਹੈ, ਲੇਕਿਨ ਦਿਨ ਦੇ ਟਾਈਮ ਨਹੀਂ ਚੜਾਇਆ ਜਾਏਗਾ, ਇਹ ਬੜਾ ਕਲੀਅਰ ਕਰ ਦਿੱਤਾ ਗਿਆ। ਅਤੇ 8 ਤਰੀਕ ਨੂੰ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਣ ਵਾਲੀ ਔਰ ਬਹੁਤ ਅਹਿਮ ਮੀਟਿੰਗ ਹੈ, ਕਿਉਂਕਿ ਲਗਾਤਾਰ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਇਹਨਾਂ ਦੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਹੁਣ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਫੈਸਲੇ ਹੁੰਦੇ, ਕਿਸ ਤਰ੍ਹਾਂ ਦੀ ਹੋਰ ਆਪਸੀ ਗੱਲਬਾਤ ਹੁੰਦੀ ਹੈ, ਇਹ ਦੇਖਣਾ ਬਹੁਤ ਅਹਿਮ ਹੋਵੇਗਾ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।